ਅੱਜ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ ਔਰ ਮੈਂ ਇਹ ਸਮਝਦਾ ਹੈਗਾ ਕਿ ਲੋਹੜੀ ਦਾ ਤਿਉਹਾਰ ਇੱਕ ਐਸਾ ਤਿਉਹਾਰ ਹੈ ਜਿਹਦੇ ਨਾਲ ਹਾਸੇ ਖੁਸ਼ੀਆਂ ਖੇੜੇ ਸਾਰੇ ਇਕੱਠੇ ਹੋ ਜਾਂਦੇ ਹੈ ਔਰ ਮੈਨੂੰ ਇਹ ਲੱਗਦਾ ਕਿ ਵਕੀਲਾਂ ਦੇ ਵਿੱਚ ਇੰਨੀ ਸਟ੍ਰੈਸ ਭਰੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਪਲ, ਕਿਉਂਕਿ ਵਕੀਲਾਂ ਦੇ ਵਿੱਚ ਵੀ ਬਹੁਤ ਸਾਰੀਆਂ ਖੁਸ਼ੀਆਂ ਖੇੜੇ, ਬਹੁਤ ਸਾਰੇ ਵਕੀਲਾਂ ਨੂੰ ਜਿਵੇਂ ਸਾਡੇ ਕੁਛ ਦੋ ਕੁੜੀਆਂ ਜੱਜ ਸਿਲੈਕਟ ਹੋਈਆਂ ਹੈਗੀਆਂ ਅਤੇ ਇੱਕ ਬੇਟਾ ਜੱਜ ਸਿਲੈਕਟ ਹੋਇਆ ਔਰ ਸਾਰਿਆਂ ਦੀ ਖੁਸ਼ੀ ਮਨਾਉਂਦੇ ਹੋਏ ਅੱਜ ਅਸੀਂ ਇਹ ਸੋਚਿਆ ਕਿ ਇਹ ਤਿਉਹਾਰ ਨੂੰ ਜਿਹੜਾ ਹੈਗਾ ਹਸਰੋਲਾਸ਼ ਦੇ ਨਾਲ ਮਨਾਈਏ। ਅੱਜ ਲੋਹੜੀ ਦੇ ਉਪਲਕਸ਼ ਦੇ ਵਿੱਚ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਨੇ ਧਾਰਨੀ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਸਾਡੇ ਜੁਡੀਸ਼ਲ ਆਫਿਸਰ ਨੂੰ ਅਤੇ ਲੋਹੜੀ ਮਨਾ ਰਹੇ ਹਾਂ ਅਸੀਂ, ਸਾਰੇ ਜੁਡੀਸ਼ਲ ਆਫਿਸਰ ਨੂੰ ਇਨਵਾਈਟ ਕੀਤਾ। ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਇੱਥੇ ਇਹਨਾਂ ਨੇ ਟੌਪਿਕ ਲਿਖਿਆ ਕਿ ਲੜਕੀਆਂ ਦੀ ਲੋਹੜੀ, ਅਸੀਂ ਮੁੰਡਿਆਂ ਦੀ ਲੋਹੜੀ ਤਾਂ ਮਨਾਉਂਦੇ ਸੀ ਪਰ ਲੜਕੀਆਂ ਦੀ ਲੋਹੜੀ ਬਹੁਤ ਘੱਟ ਮਨਾਈ ਜਾਂਦੀ ਹੈ। ਇਸ ਕਾਰਨ ਮੈਂ ਧਾਰਨੀ ਸਾਹਿਬ ਨੂੰ ਇਸ ਉਪਲਕਸ਼ ਦੇ ਉੱਤੇ ਵਿਸ਼ੇਸ਼ ਵਧਾਈ ਦਿੰਦਾ ਮੇਰੇ ਅਤੇ ਮੇਰੀ ਸਾਰੀ ਟੀਮ ਵੱਲੋਂ, ਸਾਰੇ ਜੁਡੀਸ਼ਲ ਆਫਿਸਰਸ ਵੱਲੋਂ, ਸਾਰੇ ਐਡਵੋਕੇਟਸ ਨੂੰ ਲੋਹੜੀ ਦੀ ਬਹੁਤ ਬਹੁਤ ਵਧਾਈ। ਅੱਜ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ ਔਰ ਮੈਂ ਇਹ ਸਮਝਦਾ ਹੈਗਾ ਕਿ ਲੋਹੜੀ ਦਾ ਤਿਉਹਾਰ ਇੱਕ ਐਸਾ ਤਿਉਹਾਰ ਹੈ ਜਿਹਦੇ ਨਾਲ ਹਾਸੇ ਖੁਸ਼ੀਆਂ ਖੇੜੇ ਸਾਰੇ ਇਕੱਠੇ ਹੋ ਜਾਂਦੇ ਹੈ ਔਰ ਮੈਨੂੰ ਇਹ ਲੱਗਦਾ ਕਿ ਵਕੀਲਾਂ ਦੇ ਵਿੱਚ ਇੰਨੀ ਸਟ੍ਰੈਸ ਭਰੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਪਲ, ਕਿਉਂਕਿ ਵਕੀਲਾਂ ਦੇ ਵਿੱਚ ਵੀ ਬਹੁਤ ਸਾਰੀਆਂ ਖੁਸ਼ੀਆਂ ਖੇੜੇ, ਬਹੁਤ ਸਾਰੇ ਵਕੀਲਾਂ ਨੂੰ ਜਿਵੇਂ ਸਾਡੇ ਕੁਛ ਦੋ ਕੁੜੀਆਂ ਜੱਜ ਸਿਲੈਕਟ ਹੋਈਆਂ ਹੈਗੀਆਂ ਅਤੇ ਇੱਕ ਬੇਟਾ ਜੱਜ ਸਿਲੈਕਟ ਹੋਇਆ ਔਰ ਸਾਰਿਆਂ ਦੀ ਖੁਸ਼ੀ ਮਨਾਉਂਦੇ ਹੋਏ ਅੱਜ ਅਸੀਂ ਇਹ ਸੋਚਿਆ ਕਿ ਇਹ ਤਿਉਹਾਰ ਨੂੰ ਜਿਹੜਾ ਹੈਗਾ ਹਸਰੋਲਾਸ਼ ਦੇ ਨਾਲ ਮਨਾਈਏ। ਅੱਜ ਲੋਹੜੀ ਦੇ ਉਪਲਕਸ਼ ਦੇ ਵਿੱਚ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਨੇ ਧਾਰਨੀ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਸਾਡੇ ਜੁਡੀਸ਼ਲ ਆਫਿਸਰ ਨੂੰ ਅਤੇ ਲੋਹੜੀ ਮਨਾ ਰਹੇ ਹਾਂ ਅਸੀਂ, ਸਾਰੇ ਜੁਡੀਸ਼ਲ ਆਫਿਸਰ ਨੂੰ ਇਨਵਾਈਟ ਕੀਤਾ। ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਇੱਥੇ ਇਹਨਾਂ ਨੇ ਟੌਪਿਕ ਲਿਖਿਆ ਕਿ ਲੜਕੀਆਂ ਦੀ ਲੋਹੜੀ, ਅਸੀਂ ਮੁੰਡਿਆਂ ਦੀ ਲੋਹੜੀ ਤਾਂ ਮਨਾਉਂਦੇ ਸੀ ਪਰ ਲੜਕੀਆਂ ਦੀ ਲੋਹੜੀ ਬਹੁਤ ਘੱਟ ਮਨਾਈ ਜਾਂਦੀ ਹੈ। ਇਸ ਕਾਰਨ ਮੈਂ ਧਾਰਨੀ ਸਾਹਿਬ ਨੂੰ ਇਸ ਉਪਲਕਸ਼ ਦੇ ਉੱਤੇ ਵਿਸ਼ੇਸ਼ ਵਧਾਈ ਦਿੰਦਾ ਮੇਰੇ ਅਤੇ ਮੇਰੀ ਸਾਰੀ ਟੀਮ ਵੱਲੋਂ, ਸਾਰੇ ਜੁਡੀਸ਼ਲ ਆਫਿਸਰਸ ਵੱਲੋਂ, ਸਾਰੇ ਐਡਵੋਕੇਟਸ ਨੂੰ ਲੋਹੜੀ ਦੀ ਬਹੁਤ ਬਹੁਤ ਵਧਾਈ। ਅੱਜ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ ਔਰ ਮੈਂ ਇਹ ਸਮਝਦਾ ਹੈਗਾ ਕਿ ਲੋਹੜੀ ਦਾ ਤਿਉਹਾਰ ਇੱਕ ਐਸਾ ਤਿਉਹਾਰ ਹੈ ਜਿਹਦੇ ਨਾਲ ਹਾਸੇ ਖੁਸ਼ੀਆਂ ਖੇੜੇ ਸਾਰੇ ਇਕੱਠੇ ਹੋ ਜਾਂਦੇ ਹੈ ਔਰ ਮੈਨੂੰ ਇਹ ਲੱਗਦਾ ਕਿ ਵਕੀਲਾਂ ਦੇ ਵਿੱਚ ਇੰਨੀ ਸਟ੍ਰੈਸ ਭਰੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਪਲ, ਕਿਉਂਕਿ ਵਕੀਲਾਂ ਦੇ ਵਿੱਚ ਵੀ ਬਹੁਤ ਸਾਰੀਆਂ ਖੁਸ਼ੀਆਂ ਖੇੜੇ, ਬਹੁਤ ਸਾਰੇ ਵਕੀਲਾਂ ਨੂੰ ਜਿਵੇਂ ਸਾਡੇ ਕੁਛ ਦੋ ਕੁੜੀਆਂ ਜੱਜ ਸਿਲੈਕਟ ਹੋਈਆਂ ਹੈਗੀਆਂ ਅਤੇ ਇੱਕ ਬੇਟਾ ਜੱਜ ਸਿਲੈਕਟ ਹੋਇਆ ਔਰ ਸਾਰਿਆਂ ਦੀ ਖੁਸ਼ੀ ਮਨਾਉਂਦੇ ਹੋਏ ਅੱਜ ਅਸੀਂ ਇਹ ਸੋਚਿਆ ਕਿ ਇਹ ਤਿਉਹਾਰ ਨੂੰ ਜਿਹੜਾ ਹੈਗਾ ਹਸਰੋਲਾਸ਼ ਦੇ ਨਾਲ ਮਨਾਈਏ। ਅੱਜ ਲੋਹੜੀ ਦੇ ਉਪਲਕਸ਼ ਦੇ ਵਿੱਚ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਨੇ ਧਾਰਨੀ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਸਾਡੇ ਜੁਡੀਸ਼ਲ ਆਫਿਸਰ ਨੂੰ ਅਤੇ ਲੋਹੜੀ ਮਨਾ ਰਹੇ ਹਾਂ ਅਸੀਂ, ਸਾਰੇ ਜੁਡੀਸ਼ਲ ਆਫਿਸਰ ਨੂੰ ਇਨਵਾਈਟ ਕੀਤਾ। ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਇੱਥੇ ਇਹਨਾਂ ਨੇ ਟੌਪਿਕ ਲਿਖਿਆ ਕਿ ਲੜਕੀਆਂ ਦੀ ਲੋਹੜੀ, ਅਸੀਂ ਮੁੰਡਿਆਂ ਦੀ ਲੋਹੜੀ ਤਾਂ ਮਨਾਉਂਦੇ ਸੀ ਪਰ ਲੜਕੀਆਂ ਦੀ ਲੋਹੜੀ ਬਹੁਤ ਘੱਟ ਮਨਾਈ ਜਾਂਦੀ ਹੈ। ਇਸ ਕਾਰਨ ਮੈਂ ਧਾਰਨੀ ਸਾਹਿਬ ਨੂੰ ਇਸ ਉਪਲਕਸ਼ ਦੇ ਉੱਤੇ ਵਿਸ਼ੇਸ਼ ਵਧਾਈ ਦਿੰਦਾ
ਮੇਰੇ ਅਤੇ ਮੇਰੀ ਸਾਰੀ ਟੀਮ ਵੱਲੋਂ, ਸਾਰੇ ਜੁਡੀਸ਼ੀਅਲ ਆਫਿਸਰਸ ਵੱਲੋਂ, ਸਾਰੇ ਐਡਵੋਕੇਟਸ ਨੂੰ ਲੋਹੜੀ ਦੀ ਬਹੁਤ ਬਹੁਤ ਵਧਾਈ।